ਜਾ ਤੂੰ ਵੱਡਾ ਸਭ ਵੱਡਿਆਂ ਚੰਗੇ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ। ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਕੁਛ ਕਿਲੋਮੀਟਰ ਦੂਰ ਜਿਸ ਸਥਾਨ ਤੇ ਅਸੀਂ ਇਸ ਵਕਤ ਖਲੋਤੇ ਹੈਗੇ ਹਾਂ ਉਸਦਾ ਨਾਂ ਹੈ ਗੁਰਦੁਆਰਾ ਸੱਤਵੀਂ ਪਾਤਸ਼ਾਹੀ। ਗੁਰਦੁਆਰਾ ਸੱਤਵੀਂ ਪਾਤਸ਼ਾਹੀ ਉਹ ਇਤਿਹਾਸਿਕ ਸਥਾਨ ਹੈ ਜਿਹੜਾ ਕਿ ਥਾਨੇਸਰ ਵਿੱਚ ਆਉਂਦਾ ਹੈ। ਥਾਨੇਸਰ ਇਸ ਸਥਾਨ ਦਾ ਪੁਰਾਣਾ ਨਾਂ ਹੈ ਜਿਹਨੂੰ ਅਸੀਂ ਹੁਣ ਕੁਰਕਸ਼ੇਤਰ ਕਹਿੰਦੇ ਹਾਂ। ਇਸ ਸਥਾਨ ਨੂੰ ਤਿੰਨ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ। ਤੀਜੀ ਪਾਤਸ਼ਾਹੀ ਗੁਰੂ ਅਮਰ ਦਾਸ ਜੀ, ਸੱਤਵੀਂ ਪਾਤਸ਼ਾਹੀ ਗੁਰੂ ਹਰ ਰਾਏ ਜੀ ਅਤੇ ਅੱਠਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਆਓ ਅੰਦਰ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ ਅਤੇ ਇਹਦਾ ਡਿਟੇਲ ਵਿੱਚ ਇਤਿਹਾਸ ਜਿਹੜਾ ਹੈਗਾ ਉਹ ਗਿਆਨੀ ਜੀ ਕੋਲ ਪੁੱਛਦੇ ਹਾਂ। ਉਹ ਆਪ ਜੀ ਨੂੰ ਤਿੰਨੋਂ ਪਾਤਸ਼ਾਹੀਆਂ ਦਾ ਇੱਥੇ ਆਉਣ ਦਾ ਵਿਵਰਣ ਅਤੇ ਨਾਲ ਪੂਰਨ ਵਿਸਤ੍ਰਿਤ ਇਤਿਹਾਸ ਉਹ ਤੁਹਾਨੂੰ ਸੁਣਾਉਣਗੇ। ਤੁਸੀਂ ਇੱਕ ਚਾਰ ਦਿਸ਼ਾਵਾਂ ਜਗਾਉਣ ਦੇ ਲਈ ਧਰਤੀ ਦੀ ਇੱਕ ਵੀ ਨਾਪ ਛੱਡੀ ਹੱਕ ਸੱਚ ਨੂੰ ਹਰ ਥਾਂ ਪਚਾਉਣ ਦੇ ਲਈ ਪਾਣੀ ਰਾਵੀ ਦਾ ਗਵਾਹੀ ਦਿੰਦਾ ਆ ਪਾਣੀ ਰਾਵੀ ਦਾ ਗਵਾਹੀ ਦਿੰਦਾ ਆ ਕਿੰਨਾ ਸਿੱਧਕ ਸੇਵਾ ਵਿੱਚ ਬਲ ਪਿਆ ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਅੱਜ ਆਪ ਜੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਪਾਵਨ ਸਥਾਨ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰ ਰਾਏ ਮਹਾਰਾਜ ਜੀ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਾਵਨ ਸਥਾਨ 'ਤੇ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਦੇ ਮਾਲਕ ਬਣੇ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਧਰਮ ਦਾ ਪ੍ਰਚਾਰ ਕਰਨ ਦੇ ਲਈ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨ ਦੇ ਲਈ ਹਿੰਦੂ ਤੀਰਥਾਂ ਦੇ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ। ਉਸੇ ਯਾਤਰਾ ਦੇ ਦੌਰਾਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਕੁਰਕਸ਼ੇਤਰ ਦੀ ਧਰਤੀ 'ਤੇ ਪਹੁੰਚੇ ਜੋ ਕਿ ਹਿੰਦੂ ਧਰਮ ਦਾ ਇੱਕ ਬੜਾ ਹੀ ਵੱਡਾ ਧਾਰਮਿਕ ਨਗਰ ਸੀ ਜਿੱਥੇ ਹਿੰਦੂ ਧਾਰਮਿਕ ਕਾਫੀ ਵੱਡੇ ਵੱਡੇ ਮੰਦਰ ਬ੍ਰਹਮ ਸਰੋਵਰ ਸੁਸ਼ੋਭਿਤ ਇੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਹਿੰਦੂ ਧਰਮ ਦੇ ਲੋਕ ਇਸ਼ਨਾਨ ਕਰਨ ਸੂਰਿਆ ਗ੍ਰਹਿਣ ਦੇ ਮੇਲੇ 'ਤੇ ਇਕੱਠੇ ਹੁੰਦੇ ਸਨ ਅਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਚੱਲ ਕੇ ਕੁਰਕਸ਼ੇਤਰ ਦੀ ਧਰਤੀ 'ਤੇ ਆਪਣੇ ਪਰਿਵਾਰ ਦੇ ਸਮੇਤ ਸਿੱਖ ਸੰਗਤਾਂ ਦੇ ਸਮੇਤ ਪਹੁੰਚੇ ਅਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਇੱਥੇ ਆਏ ਤਾਂ ਉਸ ਸਮੇਂ ਕੁਰਕਸ਼ੇਤਰ ਦੀ ਧਰਤੀ 'ਤੇ ਇੱਕ ਬੜਾ ਵੱਡਾ ਸੂਰਿਆ ਗ੍ਰਹਿਣ ਦਾ ਮੇਲਾ ਲੱਗਾ ਸੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਸਮੇਂ ਇਸ ਨਗਰ ਦੇ ਬਾਹਰ ਇੱਕ ਗੁਪਤ ਥਾਂ 'ਤੇ ਆਪਣਾ ਡੇਰਾ ਕੀਤਾ ਅਤੇ ਅਕਬਰ ਬਾਦਸ਼ਾਹ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਦਰ 'ਤੇ ਉੱਤੇ ਸ਼ਰਧਾ ਧਾਰਨ ਕਰ ਲਈ। ਗੋਇੰਦਵਾਲ ਸਾਹਿਬ ਲੰਗਰ ਛੱਕ ਕੇ ਪਹੁੰਚਿਆ ਸੀ ਉਹ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਹਿਣ 'ਤੇ ਅਕਬਰ ਬਾਦਸ਼ਾਹ ਨੇ ਹਿੰਦੂ ਧਰਮ ਦੇ ਉੱਤੇ ਜਿਹੜੇ ਕਿ ਧਾਰਮਿਕ ਤੀਰਥ ਸਥਾਨਾਂ ਦੇ ਉੱਤੇ ਟੈਕਸ ਲਗਾਇਆ ਹੋਇਆ ਸੀ ਉਹ ਟੈਕਸ ਮਾਫ ਕਰਤਾ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਇੱਥੇ ਪਹੁੰਚੇ ਤਾਂ ਹਿੰਦੂ ਧਰਮ ਦੇ ਲੋਕਾਂ ਨੇ ਪਹਿਲੀ ਵਾਰ ਬਗੈਰ ਟੈਕਸ ਦਿੱਤਾ ਬਗੈਰ ਜਜੀਆ ਦੇਣ ਤੋਂ ਇਸ ਕੁਰਕਸ਼ੇਤਰ ਦੀ ਧਰਤੀ ਦੇ ਉੱਤੇ ਇਸ਼ਨਾਨ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਜਦੋਂ ਹਿੰਦੂ ਲੋਕਾਂ ਨੇ ਬਗੈਰ ਟੈਕਸ ਦੇਣ ਤੋਂ ਇਸ਼ਨਾਨ ਕੀਤਾ ਕੁਰਕਸ਼ੇਤਰ ਦੀ ਧਰਤੀ 'ਤੇ ਜਿੰਨੇ ਵੀ ਹਿੰਦੂ ਪਹੁੰਚੇ ਸਨ
ਉਹ ਸਾਰੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ। ਕਈ ਲੋਕ ਕਹਿਣ ਲੱਗੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਜਦੋਂ ਤੁਸੀਂ ਗੁਰੂ ਨਹੀਂ ਸੋ ਬਣੇ, ਤੁਸੀਂ ਉਦੋਂ ਵੀ ਤੀਰਥਾਂ ਦੀ ਯਾਤਰਾ ਕਰਦੇ ਸੋ, ਇਸ਼ਨਾਨ ਕਰਦੇ ਸੋ, ਹੁਣ ਤਾਂ ਤੁਹਾਨੂੰ ਸੱਚ ਦੀ ਪ੍ਰਾਪਤੀ ਹੋ ਚੁੱਕੀ ਹੈ, ਗੁਰੂ ਨਾਨਕ ਦੇ ਤਖ਼ਤ ਦੇ ਮਾਲਕ ਬਣੇ ਹੋ, ਤੁਸੀਂ ਹੁਣ ਵੀ ਤੀਰਥਾਂ 'ਤੇ ਇਸ਼ਨਾਨ ਕਰਦੇ ਹੋ। ਮੇਰੇ ਮਾਲਕ ਨੇ ਉਪਦੇਸ਼ ਕੀਤਾ, ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ, ਕਿ ਮੈਂ ਹੁਣ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਨਹੀਂ, ਲੋਕਾਂ ਦਾ ਭਲਾ ਕਰਨ, ਸਮਾਜ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨ ਵਾਸਤੇ ਜਾਂਦਾ ਹਾਂ। ਸੋ ਇਹ ਪਾਵਨ ਸਥਾਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਇਤਿਹਾਸਕਾਰਾਂ ਨੇ ਲਿਖਿਆ, ਜਿਵੇਂ ਇਤਿਹਾਸਕ ਸਰੋਤ ਪ੍ਰਾਪਤ ਹੋਏ, ਉਹਨਾਂ ਦੇ ਸਥਾਨ ਅਨੁਸਾਰ ਇਸ ਪਾਵਨ ਸਥਾਨ 'ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਨ 1523 ਨੂੰ ਪਹੁੰਚੇ, ਅਤੇ ਇਸ ਪਾਵਨ ਸਥਾਨ ਨੂੰ ਗੁਰਦਾਸ ਸਾਹਿਬ ਪਾਤਸ਼ਾਹੀ ਤੀਜੀ ਦੇ ਨਾਮ ਨਾਲ ਵੀ ਇਤਿਹਾਸ ਦੇ ਵਿੱਚ, ਸੰਗਤ ਦੇ ਵਿੱਚ ਬੜਾ ਵੱਡਾ ਸਤਿਕਾਰ ਦਿੱਤਾ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਇਸ ਪਾਵਨ ਸਥਾਨ 'ਤੇ ਪਹੁੰਚਣ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ, ਕਾਫ਼ੀ ਬਾਅਦ ਵਿੱਚ ਸੰਗਤਾਂ ਨੇ, ਜਦੋਂ ਇਤਿਹਾਸਕਾਰਾਂ ਨੇ ਦੱਸਿਆ, ਇਤਿਹਾਸਕ ਸਰੋਤਾਂ ਤੋਂ ਪਤਾ ਲੱਗਾ ਕਿ ਇਸ ਪਾਵਨ ਸਥਾਨ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਆਏ ਨੇ, ਅਤੇ ਸੰਗਤਾਂ ਵੱਲੋਂ ਇਸ ਸਥਾਨ 'ਤੇ ਇੱਕ ਬੜਾ ਸੋਹਣਾ ਗੁਰੂ ਘਰ ਸੁਸ਼ੋਭਿਤ ਕੀਤਾ ਗਿਆ, ਜਿੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਅਤੇ ਹੋਰ ਧਰਮਾਂ ਦੇ ਲੋਕ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਨੇ। ਦੂਜਾ, ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰ ਰਾਏ ਮਹਾਰਾਜ ਗੁਰੂ ਬਣੇ, ਅਤੇ ਗੁਰੂ ਹਰ ਰਾਏ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ 'ਤੇ ਸੁਭਾਇਮਾਨ ਹੋਏ, ਅਤੇ ਗੁਰੂ ਹਰ ਰਾਏ ਮਹਾਰਾਜ ਜੀ ਵੀ ਇਸ ਕੁਰਸ਼ੇਤਰ ਦੀ ਧਰਤੀ 'ਤੇ ਪਹੁੰਚੇ। ਗੁਰੂ ਹਰ ਰਾਏ ਮਹਾਰਾਜ ਜੀ ਨੂੰ ਸਿੱਖ ਸੰਗਤ ਨੇ ਇੱਥੇ ਉਪਦੇਸ਼ ਦੇ ਲਈ ਬਚਨ ਕੀਤੇ ਕਿ ਸਾਨੂੰ ਕੋਈ ਉਪਦੇਸ਼ ਦੇ ਕੇ ਜਾਓ। ਗੁਰੂ ਹਰ ਰਾਏ ਮਹਾਰਾਜ ਜੀ ਨੇ ਇੱਥੇ ਬਚਨ ਕੀਤੇ ਕਿ ਸੱਚ ਦੇ ਮਾਰਗ 'ਤੇ ਚੱਲਣਾ, ਆਪਣੇ ਜੀਵਨ, ਆਪਣੇ ਕਿਰਦਾਰ ਨੂੰ ਉੱਚਾ ਕਰਨਾ, ਇਹੀ ਸਭ ਤੋਂ ਵੱਡਾ ਜ਼ਿੰਦਗੀ ਦਾ ਉਪਦੇਸ਼ ਹੈ। ਸੋ ਗੁਰੂ ਹਰ ਰਾਏ ਮਹਾਰਾਜ ਜੀ ਦੇ ਵੀ ਮੁਬਾਰਕ ਚਰਨ ਇਸ ਪਾਵਨ ਸਥਾਨ 'ਤੇ ਪਏ, ਅਤੇ ਸਿੱਖ ਸੰਗਤ ਦੇ ਵਿੱਚ ਇਸ ਪਾਵਨ ਸਥਾਨ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਸਤਵੀਂ ਦੇ ਪਾਵਨ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ, ਇਸ ਪਾਵਨ ਸਥਾਨ ਦਾ ਸਤਿਕਾਰ ਕੀਤਾ ਜਾਂਦਾ ਹੈ। ਗੁਰੂ ਹਰ ਰਾਏ ਮਹਾਰਾਜ ਜੀ ਤੋਂ ਬਾਅਦ ਉਹਨਾਂ ਦੇ ਸਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਗੁਰੂ ਬਣੇ, ਸਿੱਖਾਂ ਦੇ 8ਵੇਂ ਗੁਰੂ ਹੋਣ ਦਾ ਮਾਣ ਪ੍ਰਾਪਤ ਹੋਇਆ, ਅਤੇ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਦੇ ਵੱਡੇ ਭਰਾ ਸਨ ਬਾਬਾ ਰਾਮ ਰਾਏ, ਅਤੇ ਬਾਬਾ ਰਾਮ ਰਾਏ ਦੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਬਹਿਣੀ ਉੱਠਣੀ, ਅਤੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਕਹਿੰਦਾ ਹੈ ਕਿ ਇਸ ਗੱਦੀ ਦੇ ਉੱਤੇ ਮੇਰਾ ਹੱਕ ਬਣਦਾ ਹੈ, ਮੈਂ ਵੱਡਾ ਹਾਂ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਜਾਏ, ਅਤੇ ਜਾਂ ਉਹਨੂੰ ਕਹੋ ਕਰਾਮਾਤ ਵਿਖਾਵੇ, ਜੇ ਉਹ ਕਰਾਮਾਤ ਨਹੀਂ ਵਿਖਾਉਂਦਾ ਤਾਂ ਫਿਰ ਤੁਸੀਂ ਮੈਨੂੰ ਇਸ ਨਾਨਕ ਦੀ ਗੱਦੀ ਦੇ ਉੱਤੇ ਬਿਠਾ ਦਿਓ, ਫਿਰ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਕਰਾਂਗਾ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਔਰੰਗਜ਼ੇਬ ਬਾਦਸ਼ਾਹ ਨੇ ਸੱਦਾ ਪੱਤਰ ਭੇਜਿਆ, ਸਿੱਖ ਸੰਗਤ ਨਾਲ ਸਲਾਹ ਕੀਤੀ, ਅਤੇ ਗੁਰੂ ਹਰ ਰਾਏ ਮਹਾਰਾਜ ਜੀ ਦੇ ਬਚਨ ਸਨ ਨਹਿ ਮਲੇਸ਼ ਕੋ ਦਰਸ਼ਨ ਦੇ ਹੋ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਉੱਥੇ ਬਚਨ ਆਖੇ ਕਿ ਮੇਰੇ ਪਿਤਾ ਇਹ ਬਚਨ ਕਹਿ ਗਏ ਨੇ ਕਿ ਮੈਂ ਉਸ ਮਲੇਸ਼ ਔਰੰਗਜ਼ੇਬ ਨੂੰ ਆਪਣੇ ਦਰਸ਼ਨ ਨਹੀਂ ਦੇਣੇ। ਅਖੀਰ ਸੰਗਤ ਦੇ ਕਹਿਣ 'ਤੇ ਸਮੇਂ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਰਾਜਾ ਜੈ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਵੱਲ ਰਵਾਨਾ ਹੋਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਕੀਰਤਪੁਰ ਦੀ ਧਰਤੀ ਤੋਂ ਚੱਲੇ, ਅਤੇ ਮੇਰੇ ਮਾਲਕ ਨੇ ਹਰਿਆਣੇ ਦੇ ਵਿੱਚ ਸਭ ਤੋਂ ਪਹਿਲਾਂ, ਜੋ ਕਿ ਬਾਅਦ ਵਿੱਚ ਹਰਿਆਣਾ ਬਣਿਆ, ਹਰਿਆਣੇ ਦੇ ਅਨੁਸਾਰ ਪੰਜੋਖਰਾ ਸਾਹਿਬ ਦੀ ਧਰਤੀ 'ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ, ਜਿੱਥੇ ਗੁਰੂ ਸਾਹਿਬ ਜੀ ਦੇ ਆਮਦ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਪੈਣ 'ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ। ਜਿੱਥੋਂ ਦਾ ਇਤਿਹਾਸ ਹੈ ਕਿ ਗੁਰੂ ਸਾਹਿਬ ਜੀ ਨੇ ਉੱਥੇ ਪੰਡਿਤ ਲਾਲ ਚੰਦ ਨੂੰ ਸੱਚ ਦਾ ਮਾਰਗ ਦੱਸਿਆ, ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਾਇਆ। ਗੁਰੂ ਸਾਹਿਬ ਪੰਜੋਖਰਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਸਿੱਧਾ ਜਦੋਂ ਕੁਰਸ਼ੇਤਰ ਦੀ ਧਰਤੀ 'ਤੇ ਪਹੁੰਚੇ, ਅਤੇ ਸੰਗਤ ਨੇ ਦੱਸਿਆ ਕਿ ਇਸ ਪਾਵਨ ਸਥਾਨ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੁਰਸ਼ੇਤਰ ਦੀ ਧਰਤੀ 'ਤੇ ਆਏ, ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਪਏ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ, ਗੁਰੂ ਹਰ ਰਾਏ ਮਹਾਰਾਜ ਜੀ ਦੇ ਚਰਨ ਪਏ, ਅਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਉਹਨਾਂ ਸਥਾਨਾਂ ਦੇ ਦਰਸ਼ਨ ਦਦਾਰੇ ਕਰਦੇ ਹੋਏ ਆਪਣੇ ਪਿਤਾ ਵਾਲੇ ਸਥਾਨ ਗੁਰੂ ਹਰ ਰਾਏ ਮਹਾਰਾਜ ਜੀ ਨੇ ਜਿੱਥੇ ਚਰਨ ਪਾਏ ਉੱਥੇ ਆਏ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਥੋਂ ਦੀਆਂ ਸੰਗਤਾਂ
ਨਤਮਸਤਕ ਹੋਈਆਂ। ਗੁਰੂ ਹਰ ਰਾਇ ਕ੍ਰਿਸ਼ਨ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਇੱਥੇ ਪਹੁੰਚਣ 'ਤੇ ਸੰਗਤ ਨੇ ਬੜੀ ਵੱਡੀ ਖੁਸ਼ੀ ਮਨਾਈ, ਗੁਰੂ ਸਾਹਿਬ ਦੇ ਦੀਦਾਰ ਕੀਤੇ ਅਤੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਕੋਲੋਂ ਸੱਚ ਦਾ ਉਪਦੇਸ਼, ਭਜਨ ਬੰਦਗੀ ਦੇ ਉਪਦੇਸ਼ ਨੂੰ ਦ੍ਰਿੜ ਕੀਤਾ। ਦੁਨੀਆਂ ਨੂੰ ਗੁਰਦੁਆਰਾ ਸੱਤਵੀਂ ਪਾਤਸ਼ਾਹੀ ਜੀ ਦੇ ਆਪ ਜੀ ਨੇ ਹੁਣੇ ਦਰਸ਼ਨ ਕੀਤੇ। ਇੱਥੇ ਤਿੰਨ ਤਿੰਨ ਪਾਤਸ਼ਾਹੀਆਂ ਦੇ ਆਉਣ ਦੇ ਇਤਿਹਾਸਕਾਰਾਂ ਨੇ ਪ੍ਰਮਾਣ ਦਿੱਤੇ ਨੇ, ਲੇਕਿਨ ਕੋਈ ਇਤਿਹਾਸਿਕ ਪਰੋਕਸ਼ ਪ੍ਰਮਾਣ ਦੇਖਣ ਨੂੰ ਨਹੀਂ ਮਿਲਦਾ। ਪਰ ਗੁਰਦੁਆਰੇ ਦੀ ਬਹੁਤ ਮੰਨਤਾ ਹੈ, ਲੋਕ ਆਉਂਦੇ ਨੇ, ਦਰਸ਼ਨ ਕਰਦੇ ਨੇ ਅਤੇ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਦੇ ਨੇ। ਅੱਜ ਦਾ ਦਿਨ ਅਸੀਂ ਇੱਥੇ ਹੀ ਸਮਾਪਤ ਕਰਨੇ ਹਾਂ। ਸਰਦੀ ਦੇ ਦਿਨ ਹੋਣ ਕਾਰਨ ਸਵੇਰੇ ਦੇਰ ਨਾਲ ਸੂਰਜ ਉੱਗਦਾ ਹੈ, ਰਾਤੀ ਜਲਦੀ ਸੂਰਜ ਅਸਤ ਹੋ ਜਾਂਦਾ ਹੈ, ਦਿਨ ਛੋਟੇ ਹੋ ਗਏ ਨੇ ਅਤੇ ਇਸ ਕਰਕੇ ਅੱਜ ਸਾਨੂੰ ਮਜਬੂਰਨ ਅੱਜ ਦਾ ਦਿਨ ਇੱਥੇ ਹੀ ਖਤਮ ਕਰਨਾ ਪੈ ਰਿਹਾ। ਕੱਲ੍ਹ ਤੁਹਾਡੇ ਨਾਲ ਫਿਰ ਮਿਲਾਂਗੇ ਇੱਕ ਹੋਰ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਤਦ ਤੱਕ ਤੁਸੀਂ ਵੇਖਦੇ ਰਹੋ ਸਪਿਰਚੁਅਲ ਜਰਨੀ ਟਰਬਨ ਟਰੈਵਲਰ ਦੀ ਔਨ PTC ਨੈਟਵਰਕ। ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਤੂੰ ਗੁਨਾ ਬਾਬਾ ਨਾਨਕ। ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕ।